ਕੈਸੇ ਮੇਰੇ ਭੈਣ ਭਰਾ, ਉਮੀਦ ਕਰਦੇ ਹਾਂ ਸਾਰੇ ਖੈਰ ਅਫਰੀਸ ਨੂੰ ਗੱਲਾਂ ਪਾਕ ਆਪ ਲੋਕ ਖੈਰ ਅਫਰੀਸ ਰੱਖੇ ਲਾ ਪਕਸੀ ਦੇਵੇ ਤਾਂ ਅਸੀਂ ਹਮੇਸ਼ਾ ਆਲਾ ਪਾਕ ਰਹਿਮਤ ਦੇ ਸਾਰੇ ਇਸ ਤੋਂ ਬਾਅਦ ਨਾਲ ਵੀ ਕਰਦੇ ਸ਼ੁਰੂ ਕਰਨ ਤੋਂ ਛੋਟੀ ਰਿਕੁਐਸਟ ਭੈਣ ਭਰਾ ਤੱਕ ਜਿਹਨਾਂ ਸੋਭੇ ਸਾਰੇ ਲੋਕ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰਦਾ ਬੈਲ ਦਬਣ ਪ੍ਰੈਸ ਕਰਤਾ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਮੇਰੇ ਭੈਣ ਭਰਾ ਤੱਕ ਬਾਰ ਵਕਤ ਤੋਂ ਟਾਈਮ ਦੇਵਾਂ ਜਿਹੜੀ ਕਿ ਜਿਸ ਤਰ੍ਹਾਂ ਜਿਹੜਾ ਭੈਣ ਭਰਾ ਦੇਖ ਰਹੇ ਨੇ ਅਲਹਮਦੁਲਿਲਾ ਸਾਡੇ ਸਾਰਿਆਂ ਦੀ ਵੀਡੀਓ ਵੇਖਦੇ ਪਏ ਆ, ਮੇਰੇ ਇਕੱਲੇ ਹੀ ਤਾਂ ਵੇਖਦੇ ਨੇ ਕਿਉਂਕਿ ਸਾਡਾ ਖਾਨਦਾਨ ਸਾਰਾ ਤਾਂ ਯੂਟਿਊਬ ਪਰ ਮਾਸ਼ਾਅੱਲਾ। ਅੱਲਾ ਉਹਨਾਂ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ ਸਾਰਿਆਂ ਨੂੰ ਅਤੇ ਸਾਡੀ ਤਮਾਮ ਯੂਟਿਊਬ ਵਾਲੀ ਵੇਖਣ ਵਾਲੀ ਅੱਲਾ ਪਾਕ ਸਿਹਤ ਦੇਵੇ, ਆਪਣੇ ਇਸ ਜ਼ਮਾਨ ਦੇ ਵਿੱਚ ਰੱਖੇ ਅੱਲਾ ਪਾਕ ਲੋੜ ਦੀ ਥੋੜ੍ਹ ਸਲੂਟ ਹੈ ਸਾਡਾ ਉਹਨਾਂ ਭੈਣਾਂ ਨੂੰ ਜਿਹਨਾਂ ਭੈਣਾਂ ਨੇ ਸਾਨੂੰ ਮਾਸ਼ਾਅੱਲਾ ਤੱਕ ਕੀਤਾ। ਤੋ ਗੱਲਾਂ ਕਹਿੰਦੇ ਕਰਨ ਵਾਸਤੇ ਹੁੰਦੀਆਂ ਗੱਲਾਂ ਗੁਜ਼ਰੀਆਂ, ਯਾਦ ਆਈਆਂ, ਆਖੀਆਂ ਤਾਂ ਵਸੀਆਂ ਨਹੀਂ, ਰੋਣ ਤੋਂ ਬਾਅਦ ਆਈਆਂ ਅਤੇ ਜਦੋਂ ਵਸ ਪੈਂਦੀਆਂ ਫਿਰ ਰੋਣ ਤੋਂ ਬਾਅਦ ਕਿੱਥੇ ਆਉਂਦਾ, ਜਦੋਂ ਉੱਛਲ ਜਾਂਦਾ ਨਾ ਬੰਦਾ, ਜਦੋਂ ਉੱਛਲਦਾ ਫਿਰ ਇੱਥੋਂ ਉੱਛਲਦਾ 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 ਅੱਖਾਂ ਥਾਲੀ ਬਾਹਰ ਆ ਜਾਂਦਾ। ਅਤੇ ਇਹ ਹੈਗੀਆਂ ਗੱਲਾਂ ਸਾਰੀਆਂ ਜ਼ਿੰਦਗੀ, ਬਾਕੀ ਅੱਲਾ ਖੈਰ ਕਰੇ, ਅੱਲਾ ਪਾਕ ਤੰਦਰੁਸਤੀ ਦੇਵੇ, ਸਿਹਤ ਦੇਵੇ ਸਾਰਿਆਂ ਨੂੰ। ਅਤੇ ਜਿਸ ਕੌਮ ਦੇ ਵਿੱਚ ਇਨਸਾਫ ਨਾ ਨਾ ਹੋਵੇ, ਜਿਸ ਕੌਮ ਦੇ ਵਿੱਚ, ਉਹ ਕੌਮ ਦੁਬਾਰਾ ਵੀ ਬਣਾ। ਦੇਖੋ ਇੱਕ ਚੀਜ਼ ਆ ਕਿ ਮੇਰੇ ਕੋਲ ਇੱਕ ਸ਼ਹਿਰ ਕੋਈ ਦੋਸਤ ਮੈਨੂੰ ਆਣ ਕਹਿੰਦਾ, ਮੈਂ ਕਿਸੇ ਨੂੰ ਜਾ ਕਹਿੰਦਾ ਕਿ ਬਾਈ ਜੀ ਮੈਨੂੰ ਆਹ ਸ਼ਹਿ ਤੁਹਾਡੇ ਕੋਲ ਇੱਕ ਗਮਲਾ ਲਾ ਲਓ ਫੁੱਲਾਂ ਦਾ, ਕਿ ਆਹ ਗਮਲਾ ਮੇਰੇ ਕੋਲ ਫੁੱਲਾਂ ਦਾ ਪਿਆ ਜੀ ਮੇਰੇ ਕੋਲ ਮਾਸ਼ਾਅੱਲਾ। ਮਿਸਾਲ ਦੇ ਰਿਹਾ ਮੈਂ, ਮੇਰੇ ਭੈਣ ਭਰਾ ਸਮਝਣ ਵਾਲੇ ਸਮਝ ਆਉਣਗੇ ਕਿ ਆਹ ਗਮਲਾ ਦੇ ਦਿਓ ਜੀ ਮੈਨੂੰ ਆਣ ਕੇ, ਮੇਰਾ ਭੈਣ ਭਰਾ ਕਹਿੰਦਾ ਕਿ ਗਮਲਾ ਮੈਨੂੰ ਦੇ ਦੇ, ਮੈਂ ਉਹਨੂੰ ਕਹਿੰਦਾ ਨੂੰ ਯਾਰ ਨਹੀਂ ਗਮਲਾ ਮੈਂ ਆਪ ਰੱਖਿਆ ਸ਼ੌਕ ਤੋਂ, ਤੇਰੇ 'ਚ ਠੀਕ ਆ ਤੇਰੇ ਕੋਲ ਨਹੀਂ ਠੀਕ ਰਹਿਣਾ। ਤੂੰ ਭਾਈ ਕਹਿੰਦਾ ਨਹੀਂ 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 ਮੈਂ ਤੈਨੂੰ ਗਮਲੇ ਦਾ ਗਮਲਾ ਵਾਪਸ ਦਊਂਗਾ, ਗਮਲੇ ਦਾ ਗਮਲਾ ਵਾਪਸ ਦਊਂਗਾ, ਅੱਜ ਮੈਨੂੰ ਲਿਜਾਣ ਦੇ ਤੂੰ ਬਸ, ਅਤੇ ਮੈਂ ਦੇ ਦਿੰਦਾ ਗਮਲਾ ਮੈਂ ਦੇ ਦਿੰਦਾ। ਜਦੋਂ ਗਮਲਾ ਲੈ ਜਾਂਦਾ, ਗਮਲਾ ਮਾਸ਼ਾਅੱਲਾ ਉੱਥੇ ਜਾ ਕੇ ਤਿਆਰ ਹੋ ਜਾਂਦਾ, ਇਹਨੂੰ ਫੁੱਲ ਲੱਗ ਜਾਂਦੇ। ਜਦੋਂ ਫੁੱਲ ਲੱਗ ਜਾਂਦੇ, ਜਦੋਂ ਮੇਰੀ ਵਾਰੀ ਆਵੇ ਵੀ ਹੁਣ ਗਮਲਾ ਮੈਨੂੰ ਦੇ ਅਤੇ ਉਹ ਮੈਨੂੰ ਥੜੇ ਵੀ ਨਾ ਚੜ੍ਹਨ ਦੇਵੇ, ਮੈਂ ਉਹਨੂੰ ਥੜੇ ਵੀ ਨਾ ਚੜ੍ਹਨ ਦੇਵਾਂ, ਦੁੱਖ ਤਾਂ ਲੱਗਣਾ ਲੱਗਣਾ ਕਿ ਨਹੀਂ ਲੱਗਣਾ, ਦੁੱਖ ਲੱਗਣਾ। ਕਿ ਦੇਖੋ ਇੱਕ ਚੀਜ਼ ਆ, ਕੋਈ ਭੈਣ ਭਰਾ ਵਾ ਰਿਸ਼ਤੇਦਾਰੀਆਂ ਹੁੰਦੀਆਂ ਰਹਿੰਦੀਆਂ, ਵਾਧੇ ਘਾਟੇ ਹੁੰਦੇ ਰਹਿੰਦੇ, ਇੱਕ ਚੀਜ਼ ਬੰਦੇ ਨੂੰ ਦੇ ਹੀ ਦਿੱਤੀ, ਇੱਕ ਚੀਜ਼ ਬੰਦੇ ਨੂੰ ਦੇ ਦਿੱਤੀ ਵੀ ਆ ਤੇਰੀ ਆ, ਅਤੇ ਫਿਰ ਉਹਦੀ ਆ ਫਿਰ ਅੱਲਾ ਵਾਰਸ ਜੋ ਹੋਊ ਦੇਖੀ ਜਾਓ ਜਿਵੇਂ ਹੋਣਗੀਆਂ ਨਿਭਦੀਆਂ ਰਹਿਣਗੀਆਂ। ਇੱਕ ਚੀਜ਼ ਦੇ ਕੇ ਬੰਦਾ ਵਾਪਸ ਲੈ ਲਵੇ, ਖੋਹ ਲਵੇ ਕਿਸੇ ਕੋਲੋਂ, ਚੀਜ਼ ਦਿੱਤੀ ਨੂੰ 10 ਸਾਲ 15 ਸਾਲ ਹੋ ਜਾਣ ਅਤੇ ਫਿਰ ਚੀਜ਼ ਵਾਪਸ ਖੋਈ ਜਾਵੇ, ਜਾਂ ਅਗਲੀ ਜਗ੍ਹਾ ਦਿੱਤੀ ਜਾਵੇ, ਫਿਰ ਅਰਮਾਨ ਤਾਂ ਲੱਗਦਾ, ਅਤੇ ਅਰਮਾਨ ਤਾਂ ਕਰਨਾ ਚਾਹੀਦਾ ਵੀ ਆ। ਅਤੇ ਮਾਸ਼ਾਅੱਲਾ ਗੱਲਾਂ ਤਾਂ ਬਹੁਤ ਜ਼ਿਆਦਾ ਨੇ ਕਰਨ ਵਾਸਤੇ ਨੇ, ਗੱਲਾਂ ਹੁੰਦੀਆਂ ਕਰਨ ਵਾਸਤੇ ਹੀ ਆ। ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਭੈਣ ਭਰਾ ਨੂੰ ਜ਼ਰੂਰ ਸ਼ੇਅਰ ਕਰੂੰਗਾ, ਮਗਰ ਅਲਹਮਦੁਲਿਲਾ ਸਾਡੀ ਬਾਹਰ ਵਾਲੀ ਫੈਮਲੀਆਂ ਨੂੰ ਵੀ ਗੱਲਾਂ ਦਾ ਸਾਰੀਆਂ ਤਕਰੀਬਨ ਸਾਡੇ ਜਿੰਨੇ ਸਾਡੇ ਘਰੇਲੂ ਮਸਲੇ ਆ ਬਾਹਰ ਵਾਲੀਆਂ ਫੈਮਲੀਆਂ ਨੂੰ ਪਤਾ, ਕਿਉਂਕਿ ਅਸੀਂ ਉਹਨਾਂ ਨਾਲ ਸ਼ੇਅਰ ਕਰਦੇ ਹਾਂ, ਸ਼ੇਅਰ ਕਰਨਾ ਚਾਹੀਦਾ ਵੀ ਸਾਡਾ ਹੱਕ ਵੀ ਬਣਦਾ, ਅਤੇ ਮਗਰ ਗੱਲ ਇਨਸਾਫ ਦੀ ਵੀ ਕਰਨੀ ਚਾਹੀਦੀ ਹੈ ਕੁਛ ਥੋੜ੍ਹੀ ਜਿਹੀ, ਕਿ ਜਿਹਦਾ ਹੱਕ ਹੋਵੇ। ਦੇਖੋ ਨਾ ਰੋਟੀ ਮੇਰੇ ਵਾਸਤੇ ਆਈ ਹੈ, ਇੱਕ ਰੋਟੀ ਆ ਮੇਰੇ ਵਾਸਤੇ ਛਾਬੇ 'ਚ ਰੱਖ ਕੇ ਆ ਗਈ ਹੈ, ਲੈ ਕੇ ਦੂਸਰਾ ਬੰਦਾ ਆ ਰਿਹਾ, ਰੋਟੀ ਮੇਰੇ ਨਾਂ ਦੀ ਹੈ। ਅਗਰ ਰੋਟੀ ਮੇਰੇ ਅੱਗੇ ਆ ਜੋ ਗਈ ਆ ਤਾਂ ਫਿਰ ਮੇਰੀ ਹੈ, ਅਤੇ ਮੇਰੇ ਅੱਗੇ ਰੱਖ ਦੇਵੇ ਨਾ, ਮੈਂ ਉਹਨੂੰ ਖਾਵਾਂ ਬਿਸਮਿਲ੍ਲਾ ਪੜ੍ਹ ਕੇ। ਅਤੇ ਜਿਸ ਬੰਦੇ ਨੂੰ ਆਰਡਰ ਵੀ ਹੈ ਕਿ ਰੋਟੀ ਸ਼ਰੀਕ ਦੀ ਹੈ, ਸ਼ਰੀਕ ਨੂੰ ਦੇਣੀ ਚਾਹੀਦੀ। ਅਤੇ ਜਿਹੜਾ ਲੈ ਕੇ ਆਉਣ ਵਾਲਾ ਬੰਦਾ ਉਹ ਕਵੇ ਨਹੀਂ, ਜਿਹਨੇ ਭੇਜੀ ਆ ਉਹਨੂੰ ਪਤਾ ਨਾ ਹੋਵੇ, ਅਤੇ ਜਿਹੜਾ ਲੈ ਕੇ ਆਉਣ ਵਾਲਾ ਉਹ ਕਵੇ ਨਹੀਂ 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 ਸ਼ਰੀਕ ਨੂੰ ਨਹੀਂ ਦੇਣੀ, ਮੈਂ ਤਾਂ ਸਦੀਕ ਨੂੰ ਦੇਣੀ ਪਈ। ਕਿਉਂ? ਜੇ ਰੋਟੀ ਮੇਰੀ ਹੈ, ਭੇਜਣ ਵਾਲਾ ਭੇਜ ਰਿਹਾ, ਅਤੇ ਤੂੰ ਕੌਣ ਆ ਕਹਿਣ ਵਾਲਾ ਕਿ ਮੈਂ ਸਦੀਕ ਨੂੰ ਦੇਣਾ?
ਮੇਰੇ ਨਾਂ ਦੀ ਹੈ ਅਤੇ ਮੇਰੇ ਅੱਗੇ ਆਉਣੀ ਚਾਹੀਦੀ ਹੈ, ਜੇ ਸਦੀਕ ਦੇ ਨਾਂ ਦੀ ਹੈ ਤਾਂ ਸਦੀਕ ਦੇ ਨਾਂ ਦੇ ਅੱਗੇ ਆਉਣੀ ਚਾਹੀਦੀ। ਅਤੇ ਬਾਕੀ ਅਲਹਮਦੁਲਿਲਾ ਕੰਮ ਕਰਨਾ ਚਾਹੀਦਾ ਇਨਸਾਨ ਦਾ, ਕੰਮ ਕਰਮ ਅਲਹਮਦੁਲਿਲਾ ਕਰਦੇ ਪਏ ਹਾਂ, ਆਲਮ ਦਾ ਮਜ਼ਦੂਰੀ ਕਰਦੇ ਪਏ, ਘਾਟੇ ਨਫੇ ਤਾਂ ਫਿਰ ਨਾਲ ਹੀ, ਜ਼ਿੰਦਗੀ ਦਾ ਇਤਬਾਰ ਨਹੀਂ ਕਹਿੰਦੇ ਕਦੇ, ਜੇ ਘਾਟਾ ਨਹੀਂ ਉਹਦੇ 'ਚ ਨਫਾ ਵੀ ਕੋਈ, ਪਹਿਲਾਂ ਤਾਂ ਘਾਟਾ ਅਤੇ ਫਿਰ ਨਫਾ। ਅਤੇ ਅਲਹਮਦੁਲਿਲਾ ਕਣਕ ਦੇ ਰੇਟ ਜਿਹੜੇ ਮਾਸ਼ਾਅੱਲਾ ਬਹੁਤ ਡਾਊਨ ਹੋ ਚੁੱਕੇ ਨੇ, ਅਤੇ ਨੁਕਸਾਨ ਵੀ ਬਹੁਤ ਆ ਜ਼ਿਮੀਂਦਾਰਾਂ ਦਾ, ਜ਼ਿਮੀਂਦਾਰਾਂ ਦਾ ਨੁਕਸਾਨ ਆ ਮਗਰ ਮਜ਼ਦੂਰ ਤਬਕੇ ਦਾ ਫਾਇਦਾ, ਕਿਉਂਕਿ ਦੇਖੋ ਜਿਨ੍ਹਾਂ ਕੋਲ ਤਾਂ ਹੈਗੀ ਉਹ ਤਾਂ ਖਾ ਲੈਣਗੇ, ਅਤੇ ਜਿਨ੍ਹਾਂ ਕੋਲ ਨਹੀਂ ਹੈਗੇ, ਗਰੀਬ ਨਹੀਂ ਵੇਖ, ਸ਼ਹਿਰਾਂ 'ਚ ਲੋਕ ਬੈਠੇ ਨਹੀਂ ਕਰ ਸਕਦੇ, ਤਾਜ਼ਾ ਆਟਾ ਲੈਂਦੇ ਆ, ਤਾਜ਼ੀ ਸਾਲਣ ਤਬਦੀ ਇੱਕ ਦਿਹਾੜੀ ਮਜ਼ਦੂਰੀ ਕਰਦੇ ਆ, ਉਹ ਲੈ ਕੇ ਆਪਣੀ ਖਾਂਦੇ ਆ, ਅਤੇ ਜਿਨ੍ਹਾਂ ਨੂੰ ਆਟਾ ਲੱਭੇ 140 ਰੁਪਈਏ ਕਿਲੋ, ਦੱਸੋ ਮੈਨੂੰ 140 ਰੁਪਈਏ ਕਿਲੋ ਆਟਾ ਲੈ ਕੇ 500, 600, 700, 800 ਰੁਪਏ ਦਿਹਾੜੀ ਹੈ ਜੀ, ਉਹ ਕਿਲੋ 140 ਲਏਗਾ ਤਾਂ ਚਾਰ ਜੀ ਖਾਣ ਵਾਲਿਆ ਕਿਲੋ ਉਹਨਾਂ ਦਾ ਕੀ ਬਣੂਗਾ ਦਿਹਾੜੀ 'ਚ। ਚਲੋ ਸਸਤੀ ਹੋਊਗੀ ਅਤੇ ਅਲਹਮਦੁਲਿਲਾ ਉਹ ਵੀ ਆਪਣਾ ਪੇਟ ਭਰ ਕੇ ਖਾਣਗੇ, ਸ਼ੁਕਰ ਅੱਲਾ ਪਾਕ ਦੀ ਜ਼ਾਤ ਦਾ, ਰੱਬ ਸਾਰਿਆਂ ਨੂੰ ਦੇਵੇ, ਅਤੇ ਰੇਟ ਜਿਹੜਾ ਠੀਕ ਆ ਮਸ਼ਲਾ ਗੌਰਮੈਂਟ ਨੇ ਕੱਢਿਆ ਹੋਇਆ, ਇੱਥੇ ਰਹਿਣਾ ਚਾਹੀਦਾ, ਮਗਰ ਜਿਹੜੀਆਂ ਦੂਜੀਆਂ ਚੀਜ਼ਾਂ ਉਹਨਾਂ ਦਾ ਰੇਟ ਡਾਊਨ ਹੋਣਾ ਚਾਹੀਦਾ, ਉਹਨਾਂ ਦਾ ਡਾਊਨ ਹੋਣਾ ਚਾਹੀਦਾ, ਕਿਉਂਕਿ ਗਰੀਬ ਤਬਕਾ ਆਪਣੀ ਮਜ਼ਦੂਰੀ ਕਰਦਾ, ਚਲੋ ਥੋੜ੍ਹੀ ਥੋੜ੍ਹੀ ਕਰਕੇ ਆਪਣੀ ਸ਼ੈ ਖਾਂਦਾ, ਅਤੇ ਕਈ ਲੋਕ ਐਸੇ ਵੀ ਵੇਖੇ ਭੁੱਖ ਤੋਂ ਯਕੀਨ ਕਰੋ ਕਿ ਦੁਨੀਆਂ ਹੀ ਛੱਡ ਗਏ ਇਸ ਭੁੱਖ ਤੋਂ, ਉਹ ਕਹਿੰਦਾ ਕੁਝ ਦੁੱਖਾਂ ਮਾਰਿਆ, ਕੁਝ ਭੁੱਖਾਂ ਮਾਰਿਆ, ਕੁਝ ਮਾਰਿਆ ਯਾਰ ਤੇਰੇ ਤਾਨਿਆਂ ਨੇ, ਅਤੇ ਜਦੋਂ ਫਿਰ ਤਾਨੇ ਤਾਂ ਫਿਰ ਆਪੇ ਹੁੰਦੇ, ਜਦੋਂ ਨਿਆਣੇ ਭੁੱਖੇ ਹੋਣ ਘਰ 'ਤੇ ਅਗਲੇ ਨੇ ਕਹਿਣਾ ਕੀ ਕਰਦਾ ਸਰ ਦਿਨ, ਇੱਕ ਦਿਹਾੜੀ ਹੈ ਅਤੇ ਕੀ ਕਰੂਗਾ ਸਰ ਦਿਨ, ਉਹ ਤਾਨੇ ਮਾਰੇ ਅਗਲੇ, ਫਿਰ ਕਹਿੰਦੇ ਵੀ ਦੁਨੀਆਂ ਛੱਡੋ ਅੱਲਾ ਦੀ ਸਿਫਤ, ਅਤੇ ਕਈ ਲੋਕ ਐਸੇ ਵੀ ਦੁਨੀਆਂ ਛੱਡ ਕੇ ਭੁੱਖ ਤੋਂ, ਅਤੇ ਅੱਲਾ ਪਾਕ ਸਾਰਿਆਂ ਨੂੰ ਆਪਣੇ ਸਮਾਨ ਦੇ ਵਿੱਚ ਰੱਖੇ, ਤਮਾਮ ਯੂਟਿਊਬ ਹਾਂ ਵੇਖਣ ਨੂੰ ਅੱਲਾ ਪਾਕ ਸਿਹਤ ਦੇਵੇ, ਤੰਦਰੁਸਤੀ ਦੇਵੇ, ਅਤੇ ਸਾਡੀਆਂ ਤਾਂ ਦੁਆਵਾਂ ਵਾ, ਮਗਰ ਕਹਿੰਦੇ ਕਰ ਭਲਾ ਹੋਊ ਭਲਾ ਅੰਤ ਭਲੇ ਦਾ ਭਲਾ, ਕਿਸੇ ਦਾ ਭਲਾ ਕਰਾਂਗੇ ਅਤੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾ ਮਦੀਨੇ ਵਾਲੇ ਦੇ ਸਦਕੇ ਨਾ ਉਸ ਬੰਦੇ ਦਾ ਵੀ ਭਲਾ ਹੋ, ਮੌਲਾ ਅਲੀ ਵਾਰਸ ਉਸ ਬੰਦੇ ਦਾ ਵੀ ਮੈਂ ਕਹਿੰਦਾ ਕਿ ਭਲਾ ਹੋਊ, ਅਗਰ ਕਿਸੇ ਦਾ ਬੁਰਾ ਕਰੋ ਦੇਖੇ ਨਾ, ਚਾਰ ਦਿਨ ਰੋਜ਼ ਭੇਡ ਦੇ ਲੇਲੇ 'ਤੇ ਵੀ ਆਉਂਦੇ, ਚਾਰ ਦਿਨ ਭੇਡ ਦੇ ਲੇਲੇ 'ਤੇ ਵੀ ਆਉਂਦੇ, ਆਖਰ ਛੁਰੀ ਥੱਲੇ ਹੀ ਆਉਣਾ, ਆਖਰ ਉਹ ਕਿੱਡਾ ਵੀ ਬਣ ਜਾਵੇ ਇਨਸਾਨ, ਕਿੱਡਾ ਵੀ ਇਨਸਾਨ ਬਣ ਜਾਵੇ, ਛੁਰੀ ਦੇ ਥੱਲੇ ਉਹਨੇ ਆਉਣਾ ਹੀ ਆਉਣਾ, ਅਤੇ ਇਨਸਾਨ ਕਿੱਡਾ ਵੀ ਬਣ ਜਾਵੇ ਨਾ ਕਿ ਮੈਂ ਇੰਝ ਹਾਂ ਅਤੇ ਮੈਂ ਛੀ ਹਾਂ ਅਤੇ ਮੈਂ ਫਲਾਨਾ ਵਾਂ ਅਤੇ ਮੇਰੇ ਕੋਲ ਫਲਾਨੀ ਸ਼ਹਿਰ ਅਤੇ ਮੈਂ ਫਲਾਨ ਕਰ ਰਿਹਾ ਅਤੇ ਮੈਂ ਢੀਕ ਕਰ ਰਿਹਾ ਅਤੇ ਮੈਂ ਯੇ ਕਰ ਰਿਹਾ ਅਤੇ ਵੋ ਕਰ ਰਿਹਾ, ਇਹ ਸਾਹ ਦਾ ਕੋਈ ਇਤਬਾਰ ਨਹੀਂ, ਇਹਨੇ ਕਦੋਂ ਨਿਕਲ ਜਾਣਾ, ਇਹ ਫੂਕ ਹੈ, ਇੱਕ ਹਵਾ ਵਾ, ਇਹਦਾ ਕੋਈ ਇਤਬਾਰ ਨਹੀਂ, ਕਦੋਂ ਉੱਤੋਂ ਬੁਲਾਵਾ ਆ ਜਾਏ, ਆ ਜਾ ਬਈ, ਅਤੇ ਸਾਨੂੰ ਅੱਛੇ ਅਮਲ ਸਾਡੇ ਕੀਤੇ ਹੋਣਗੇ ਅਤੇ ਬਿਸਮਿਲ੍ਲਾ ਸਾਨੂੰ ਸ਼ਰਮਿੰਦਗੀ ਨਾ ਹੋਊਗੀ, ਸਾਡੀਆਂ ਅੱਖਾਂ ਨੀਵੀਆਂ ਨਾ ਹੋਣਗੀਆਂ, ਅਤੇ ਜੇ ਸਾਡੇ ਅੰਬਲ ਹੀ ਅੱਛੇ ਨਾ ਹੋਏ ਤਾਂ ਅੱਖਾਂ ਵੀ ਨੀਵੀਆਂ, ਸ਼ਰਮਿੰਦਗੀ ਵੀ, ਅਤੇ ਫਿਰ ਸਾਨੂੰ ਅਗਲਿਆਂ ਨੇ ਗੱਲ ਵੀ ਫੇਰਿਆ ਜਦੋਂ ਪਤਾ ਲੱਗ ਜੂਗਾ ਉੱਥੇ ਵੀ ਕੀ ਭਾਅ ਵੇਖਦੀ ਹੈ, ਕਿਹਦਾ ਹੱਕ ਖਾਧਾ, ਕਿਹਦੇ ਖਿਲਾਫ ਗੱਲਾਂ ਕੀਤੀਆਂ, ਕਿਹਨੂੰ ਬੁਰਾ ਕਿਹਾ, ਕਿਹਨੂੰ ਚੰਗਾ ਕਿਹਾ, ਕਿਹਨੂੰ ਅੱਛਾ ਕਿਹਾ, ਸਭ ਅੱਛੇ ਨੇ ਬਸ, ਅਤੇ ਕਿਸੇ ਦੇ ਖਿਲਾਫ ਕਹਿਣਾ ਗੱਲ ਸੱਚ ਜਿਹੜੀ ਉਹ ਮੂੰਹ 'ਤੇ ਕਹੋ, ਬਿਲਕੁਲ ਕਹੋ, ਵੀਡੀਓ ਦੇ ਵਿੱਚ ਕਹੋ, ਸ਼ਰੇਆਮ ਕਹੋ, ਕੋਈ ਟੈਨਸ਼ਨ ਨਹੀਂ, ਅਤੇ ਆਹ ਚੋਰੀ ਚੋਰੀ ਗੱਲਾਂ ਕਰਨੀਆਂ, ਇੰਜ ਉਂਝ ਯੇ ਵੋ ਫਲਾਂ ਟੀਂਗ ਹੋ ਗਿਆ, ਯੇ ਹੋ ਗਿਆ, ਇੰਝ ਹੋ ਗਿਆ, ਮਗਰ ਗੱਲ ਉਹ ਜਿਹੜੀ ਕਿ ਭੈਣ ਭਰਾ ਨਾਲ ਗੱਲ ਸ਼ੇਅਰ ਕਰੇ, ਇਹ ਨਹੀਂ ਕਿ ਭੈਣ ਭਰਾ ਨੂੰ ਜਿਹੜੇ ਅਗਰ ਕਿਸੇ ਭੈਣ ਭਰਾ ਨੂੰ ਹਾਂ ਬਹੁਤ ਵਾਧਾ ਘਾਟਾ ਹੁੰਦਾ, ਉਹ ਭੈਣ ਭਰਾ ਦੂਸਰੇ ਭੈਣ ਭਰਾ ਨੂੰ ਪੁੱਛ ਸਕਦਾ ਵੀ ਆਹ ਬਾਈ ਗੱਲ ਹੋਈ ਆ ਤੇਰੀ, ਕਿੱਦਾਂ ਹੋਈ ਆ, ਗੱਲ ਕਿਸ ਤਰ੍ਹਾਂ ਵਾ, ਉਸ ਗੱਲ ਨੂੰ ਬੰਦਾ ਪਹਿਲਾਂ ਪੁੱਛੇ, ਸੁਣੇ, ਸੁਣ ਕੇ ਫਿਰ ਉਸ ਗੱਲ ਦਾ ਪਹਿਰਾ ਦੇਵੇ, ਫਿਰ ਉਸ ਗੱਲ ਦਾ ਨਿਚੋੜ ਕੱਢੇ, ਨਿਚੋੜ ਕੱਢ ਕੇ ਫਿਰ ਉਸ ਗੱਲ ਨੂੰ ਟੋਰੇ, ਸੱਚਾ ਕੌਣ ਅਤੇ ਝੂਠਾ ਕੌਣ, ਸੱਚ ਝੂਠ ਫਿਰ ਇਨਸਾਨ ਭੈਣ ਭਰਾ ਹੀ ਕਰਦੇ ਨਾ, ਵੱਡੇ ਵੱਡੇ ਭੈਣ ਭਰਾ ਦੇਖੋ ਨਾ, ਪਰਿਆਂ ਦੇ ਵਿੱਚ ਜਾ ਕੇ ਬਹਿੰਦੇ ਅਤੇ ਪਰਿਆਂ ਦੇ ਵਿੱਚ ਜਾ ਕੇ ਜਦੋਂ ਗੱਲ ਸੁਣਾਈ ਜਾਂਦੀ, ਫਿਰ ਇਨਸਾਫ ਤਾਂ ਜਿਹੜੀ ਗੱਲ ਪਰਿਆਂ ਨਹੀਂ ਕਰਦਾ ਨਾ, ਜਿਹਦੇ ਭੈਣ ਭਰਾ ਨਾਲ ਗੱਲ ਕਰਦੇ ਆ ਉਸ ਭੈਣ ਭਰਾ ਐਵੇਂ ਮੂੰਹ ਬਣਾ ਲਵੇ, ਗੁੱਸੇ ਹੋ ਜਾਵੇ, ਇਹ ਵੀ ਰਿੰਜਗੀ ਹੋ ਜਾਵੇ, ਇਹ ਵੀ ਗੱਲ ਚੰਗੀ ਨਹੀਂ, ਉਸ ਗੱਲ ਨੂੰ ਪੁੱਛਿਆ ਜਾਣਾ ਚਾਹੀਦਾ, ਉਸ ਗੱਲ ਦਾ ਨਿਚੋੜ ਕੱਢਿਆ ਜਾਣਾ ਚਾਹੀਦਾ ਕਿ ਆਹ ਗੱਲ ਕਿਸ ਤਰ੍ਹਾਂ ਹੋਈ ਆ, ਕਿਵੇਂ ਹੋਈ ਆ, ਕਿਉਂ ਹੋਈ ਆ, ਕਿੱਥੇ ਹੋਈ ਆ,
ਉਸ ਗੱਲ ਨੂੰ ਬੰਦਾ ਤੋੜ ਤਾੜੇ, ਫਿਰ ਗੱਲ ਪੁੱਛੇ ਦੱਸੇ, ਫਿਰ ਉਸ ਗੱਲ ਦਾ ਨਿਚੋੜ ਕੱਢੇ, ਫਿਰ ਉਸ ਗੱਲ ਦਾ ਫੈਸਲਾ ਕਰੋ। ਝੂਠਾ ਵਾ ਤਾਂ ਬਿਸਮਿਲ੍ਲਾ, ਉਹਨੂੰ ਕਹਾਂ ਤੂੰ ਝੂਠਾ ਬਾਈ, ਗੱਲ ਭਰ ਸੁਣ ਕੇ ਅਗਲੇ ਦੋਨਾਂ ਤਰਫਾਂ ਤੋਂ ਗੱਲ, ਜੱਗ ਤਰਫਾਂ ਫੈਸਲਾ ਨਹੀਂ ਕਰਨਾ ਚਾਹੀਦਾ, ਜੱਗ ਤਰਫਾਂ ਫੈਸਲਾ ਨੁਕਸਾਨ ਕਰਨਾ। ਦੋ ਤਰਫੀ ਗੱਲ ਸੁਣੇ ਸੁਣ ਕੇ ਅਤੇ ਫਿਰ ਇਨਸ਼ਾਅੱਲਾ ਉਹ ਜਿਹੜੀ ਗੱਲ, ਅਗਰ ਝੂਠਾ ਤਾਂ ਝੂਠੇ ਨੂੰ ਝੂਠੇ ਕਹੋ, ਸੱਚੇ ਨੂੰ ਸੱਚਾ ਕਹੋ। ਜਿਹੜਾ ਝੂਠਾ ਜਿੱਦ ਝੂਠਾ ਹੀ ਹੈ ਨਾ, ਜਿਹੜਾ ਸੱਚਾ ਸੱਚਾ, ਸੱਚੇ ਨੂੰ ਸੱਚਾ ਕਹੇ, ਝੂਠੇ ਝੂਠਾ ਕਹੇ, ਉਹ ਫਿਰ ਦੁੱਖ ਨਹੀਂ ਲੱਗਦਾ, ਅਰਮਾਨ ਨਹੀਂ ਲੱਗਦਾ। ਮੂੰਹ 'ਤੇ ਬੰਦਾ ਕਹੇ ਵੀ ਤੂੰ ਇਸ ਗੱਲ ਵਿੱਚ ਝੂਠਾ, ਅਗਰ ਕਿਸੇ ਨੇ ਕਿਸੇ ਦਾ ਹੱਕ ਖਾਧਾ ਅਤੇ ਉਹਨੂੰ ਬੰਦਾ ਮੂੰਹ 'ਤੇ ਕਹੇ ਵੀ ਤੂੰ ਫਲਾਣੇ ਦਾ ਹੱਕ ਖਾਧਾ, ਤੂੰ ਫਲਾਣੇ ਦੀ ਸ਼ੈ ਆਈ ਅਤੇ ਤੂੰ ਉਹ ਤੱਕ ਨਹੀਂ ਪਹੁੰਚਾਈ, ਫਿਰ ਉਹ ਬੰਦੇ ਦੀ ਅੱਖਾਂ ਨੀਵੀਆਂ ਹੋਣਗੀਆਂ। ਅਤੇ ਜੇ ਬੰਦੇ ਨੇ ਖਾਧੀ ਨਾ ਹੋਵੇ, ਫਿਰ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੂਗਾ ਕਿ ਸੋਹਣਾ ਮੈਂ ਨਹੀਂ ਖਾਧੀ, ਮੈਂ ਚੀਜ਼ ਪਹੁੰਚਾਈ ਆ। ਜੇ ਕਿਸੇ ਦੀ ਸ਼ੈ ਆਈ ਆ ਤਾਂ ਇਨਸ਼ਾਅੱਲਾ ਤਾਲਾ, ਅਤੇ ਮੈਂ ਉਹ ਬੰਦਾ ਕਿ ਮੈਨੂੰ ਮਾਸ਼ਾਅੱਲਾ ਭੈਣ ਭਰਾ ਵੀ ਕਹਿੰਦੇ ਨੇ ਕਿ ਤੇਰੇ ਕੋਲ ਸ਼ੈ ਆ ਜਾਏ ਤਾਂ ਤੈਨੂੰ ਅਚੋਆ ਹੀ ਲੱਗ ਜਾਂਦੀ ਵੀ ਅਗਲੇ ਦੇ ਘਰ ਪਹੁੰਚ ਜਾਵੇ, ਅਗਲੇ ਦੇ ਘਰ ਪਹੁੰਚ ਜਾਵੇ। ਮੈਂ ਡਰਦਾ ਵੀ, ਮੈਂ ਕਹਿੰਦਾ ਅਗਲੇ ਦੀ ਅਮਾਨਤ ਆਈ, ਅਮਾਨਤ ਅਗਲੇ ਦੇ ਘਰ ਪਹੁੰਚ ਜਾਣੀ ਚਾਹੀਦੀ। ਅਮਾਨਤ ਜਿਹੜੀ ਉਹ ਤਾਂ ਮਿੱਟੀ ਵੀ ਨਹੀਂ ਖਾਂਦੀ, ਅਮਾਨਤ ਕਰਕੇ ਕਿ ਮਿੱਟੀ ਵਿੱਚ ਸ਼ੈ ਦੱਬਦੇ ਹੋ, ਯਕੀਨ ਕਰੋ ਕਿ ਉਹ ਵੀ ਜਦੋਂ ਕੱਢੋਗੇ ਤੁਸੀਂ ਉੱਦਾਂ ਹੀ ਅਬਲਾ ਅਮਾਨ ਹੋਊਗੀ, ਉਹਨੂੰ ਕੋਈ ਸ਼ੈ ਨਹੀਂ ਖਾਊਗੀ, ਕਿਉਂਕਿ ਉਹ ਆਉਂਦੀ ਅਮਾਨਤ। ਹੁਣ ਦੇਖੋ ਕਿਸੇ ਭੈਣ ਭਰਾ ਦੀ ਸ਼ੈ ਆਈ ਹੈ ਅਤੇ ਉਹ ਰਾਜ ਖਾ ਪੀ ਜਾਣੋ ਵੰਡ ਚੁੰਡ ਕੇ, ਅਤੇ ਇਹ ਤਾਂ ਸਾਡੇ ਤਾਂ ਮਾਸ਼ਾਅੱਲਾ ਅੱਗੇ ਰਿਵਾਜ਼ ਆ, ਅੱਜ ਤੋਂ ਨਹੀਂ ਸਦੀਆਂ ਚੱਲਦਾ ਆ ਰਿਹਾ ਕਿ ਸ਼ੈ ਉਹ ਜਿੱਥੋਂ ਤੱਕ ਪਹੁੰਚਣੀ ਹੁੰਦੀ ਹੈ, ਜਿੱਥੋਂ ਤੱਕ ਉਸ ਤੱਕ ਪਹੁੰਚਣੀ ਹੈ, ਉਹਨਾਂ ਚਿਕਰ ਅਗਲੇ ਰੁੜ ਰੁੜ ਜਾਂਦੇ, ਉਹ ਰਾਜ ਹੀ ਵੱਡੇ ਚੁੰਡੀ ਜਾਂਦੇ। ਜਿਹਦੀ ਚੀਜ਼ ਆਈ ਇੱਕ ਆਕੜ ਇੱਕ, ਦੇਖੋ ਮੇਰੀ ਹੁਣ ਮੈਂ ਇੰਨੀ ਯੋਗਾ 'ਚ ਨਹੀਂ, ਮੈਂ ਤੁਹਾਨੂੰ ਅੱਗੇ ਦੇਣਾ ਕਿ ਮੈਂ ਤਾਂ ਇੱਕ ਮੰਗਤੇ ਨੂੰ, ਕਿਸੇ ਫਕੀਰ ਨੂੰ, ਕਿਸੇ ਮੰਗਤੇ ਨੂੰ, ਕਿਸੇ ਸਵਾਲੀ ਨੂੰ 10 ਰੁਪਈਏ ਨਹੀਂ ਦੇ ਸਕਦਾ। ਅਤੇ ਕਿੱਦਾਂ ਕਹਿੰਦੇ ਜਾਤ ਦੀ ਕੋਰ ਕਿੱਲੀ ਛਤੀਰਾਂ ਨੂੰ ਜੱਫੇ, ਪੈਸੇ ਤਾਂ ਦੇ ਰਹੇ ਆ, ਕੋਈ ਸ਼ੈ ਦੇ ਰਹੇ ਆ, ਕੋਈ ਸ਼ੈ ਵੀ ਦੇ ਰਹੇ, ਅਤੇ ਮੇਰਾ ਆਈਫੋਨ 'ਤੇ ਫੋਨ ਆ। ਅਲਹਮਦੁਲਿਲਾ ਜੀ, ਮੇਰੇ ਕਹਿਣ ਦਾ ਮਕਸਦ ਕਿ ਭੈਣ ਭਰਾ ਸ਼ੈ ਭੇਜਦੇ ਨੇ ਅਤੇ ਅਸੀਂ ਆਕੜ ਐਵੇਂ ਦਿਖਾਈ ਜਾਈਏ, ਕੋਈ ਫਾਇਦਾ ਹੈ? ਅਸੀਂ ਯਕੀਨ ਕਰੋ ਕਿ ਸ਼ੈ ਭੈਣ ਭਰਾਵਾਂ ਦੀ, ਅਸੀਂ ਦੇਣ ਜੋਗੇ, ਅਸੀਂ ਆਪਣੀਆਂ ਧੀਆਂ ਭੈਣਾਂ ਜਾਣ ਕੇ ਸਾਡੀਆਂ ਇੰਨੀਆਂ ਸ਼ਾਦੀਆਂ ਹੋਈਆਂ, ਮਾਸ਼ਾਅੱਲਾ ਅਸੀਂ ਕਿਸੇ ਨੂੰ, ਕੋਈ ਘਰ ਹੋਊਗਾ ਜਿਹਨੇ ਕਿਸੇ ਨੇ ਕੋਈ ਸਮਾਨ ਦੀ ਕੌਲੀ ਦਿੱਤੀ ਹੋਊਗੀ, ਨਹੀਂ ਤਾਂ ਯਕੀਨ ਕਰੋ ਇੱਦਾਂ ਹੀ ਬਾਹਾਂ ਫੜੀਆਂ ਅਤੇ ਅੱਗੇ ਲਾਤੀਆਂ, ਕਿਉਂਕਿ ਅਸੀਂ ਇੰਨੀ ਯੋਗੇ ਨਹੀਂ, ਸਾਡੀ ਇੰਨੀ ਔਕਾਤ ਨਹੀਂ ਕੁਛ ਕੀਤੀਆਂ ਭੈਣਾਂ ਦੇਣ ਜੋਗੇ। ਅਤੇ ਅਲਹਮਦੁਲਿਲਾ ਜੀ, ਭੈਣ ਭਰਾ ਦੇ ਰਹੇ ਨੇ, ਸ਼ੁਕਰ ਅੱਲਾਹ ਪਾਕ ਦੀ ਦਾਤ ਦਾ, ਅਤੇ ਅਸੀਂ ਜਾਣ ਕੇ ਪੰਗੇ ਲੈਂਦੇ ਹਾਂ, ਆਕੜਾਂ ਦਿਖਾਉਂਦੇ ਹਾਂ ਅਤੇ ਗਲੀਆਂ 'ਚ ਲੰਘਦੇ ਹਾਂ ਅਤੇ ਮਸਤੀ ਕਰਦੇ ਹਾਂ। ਇਹ ਮਸਤੀ ਕਿਸੇ ਦਿਨ ਬਹੁਤ ਖਰਾਬ ਕਰੂਗੀ, ਇਹ ਨਹੀਂ ਹੋਣੀ ਚਾਹੀਦੀ ਇਨਸਾਨ ਦੇ ਵਿੱਚ, ਨਹੀਂ ਹੋਣੀ ਚਾਹੀਦੀ। ਬਾਕੀ ਅੱਲਾਹ ਪਾਕ ਦੀ ਜ਼ਾਤ ਤੋਂ ਡਰ ਕੇ ਰਹਿਣਾ ਚਾਹੀਦਾ, ਝੁੱਕ ਕੇ ਰਹਿਣਾ ਚਾਹੀਦਾ, ਹਮੇਸ਼ਾ ਝੁੱਕੇ ਨੂੰ ਫਲ ਜ਼ਿਆਦਾ। ਅਤੇ 4 ਦਿਨ ਆ ਬਸ, ਚਲੋ ਚੱਲੀਦਾ ਮਕਾਮ ਆ, ਜ਼ਿੰਦਗੀ ਦਾ ਕੋਈ ਪਤਾ ਨਹੀਂ। ਅੱਛੇ ਅਮਲ ਕਰੋ, ਅੱਛੀਆਂ ਗੱਲਾਂ ਕਰੋ, ਅੱਛੇ ਭੈਣ ਭਰਾ ਦਿਲ ਨਾ ਤੋੜੋ। ਕਹਿੰਦੇ ਮਸਜਿਦ ਢਾਹ ਦੇ, ਮੰਦਰ ਢਾਹ ਦੇ, ਢਾਹ ਦੇ ਜੋ ਕਿ ਢਹਿੰਦਾ, ਇੱਕ ਬੰਦੇ ਦਾ ਦਿਲ ਨਾ ਢਾਈ, ਰੱਬ ਦਿਲਾਂ ਵਿੱਚ ਰਹਿੰਦਾ। ਅਤੇ ਜੋੜੀਆਂ ਰੱਬ ਨੇ ਅਰਸ਼ਾਂ 'ਤੇ ਬਣਾਈਆਂ, ਅਤੇ ਸਾਰੀ ਬਰਾਦਰੀ ਨੂੰ ਪਤਾ, ਅਤੇ ਬਾਹਰ ਵਾਲੀਆਂ ਫੈਮਲੀਆਂ ਨੂੰ ਵੀ ਪਤਾ ਕਿ ਕੀ ਗੱਲ ਚੱਲਦੀ ਪਈ ਆ, ਕੀ ਕਹਾਣੀ ਚੱਲਦੀ ਪਈ ਆ, ਕੀ ਹੋ ਰਿਹਾ, ਜਿਹੜੀਆਂ ਮਦਾਦਾਂ ਹੋ ਰਹੀਆਂ, ਜਿਹੜੇ ਉਸਤਾਦ ਹੋਣਦੇ ਪਏ, ਇਹ ਗੱਲ ਠੀਕ ਨਹੀਂ। ਬਾਕੀ ਇਨਸ਼ਾਅੱਲਾ ਗੱਲਾਂ ਕਰਾਂਗੇ, ਖੁੱਲ੍ਹ ਕੇ ਕਰਾਂਗੇ, ਵਾਜ਼ਿਆ ਕਰਾਂਗੇ, ਨਾਂ ਲੈ ਕੇ ਕਰਾਂਗੇ, ਕੋਈ ਟੈਨਸ਼ਨ ਨਹੀਂ। ਮੈਂ ਕਰੂੰਗਾ ਖਲੋ ਕੇ ਵੀਡੀਓ ਦੇ ਵਿੱਚ, ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੈ, ਗੱਲ ਜਿਹੜੀ ਸੱਚੀ ਆਪਾਂ ਕਰਨੀ ਕਰਨੀ, ਆਪਾਂ ਕੋਈ ਨਹੀਂ ਡਰਦੇ ਕਿਸੇ ਤੋਂ, ਸਵਾਰ ਰੱਬ ਦੀ ਜ਼ਾਤ, ਅੱਲਾ ਦੀ ਜ਼ਾਤ ਤੋਂ ਡਰਦੇ ਹਾਂ। ਅਤੇ ਸਲੂਟ ਕਰਦੇ ਉਹਨਾਂ ਭੈਣਾਂ ਭਰਾਵਾਂ ਨੂੰ ਜਿਨ੍ਹਾਂ ਭੈਣਾਂ ਨੇ ਇੱਥੇ ਤੱਕ ਮਸ਼ਾਅੱਲਾ ਪਹੁੰਚਾਇਆ ਅਤੇ ਸਾਡੀਆਂ ਸਪੋਰਟਾਂ ਕੀਤੀਆਂ, ਮਗਰ ਸਾਨੂੰ ਥੋੜ੍ਹਾ ਜਿਹਾ ਆਪਣੇ ਗਿਰੇ ਮਾਨ ਦੇ ਵਿੱਚ ਹੀ ਪਾ ਕੇ ਝਾਕਣਾ ਚਾਹੀਦਾ ਕਿ ਅਸੀਂ ਕੀ ਸ਼ੈ ਹਾਂ ਅਤੇ ਅਸੀਂ ਕਰਦੇ ਕੀ ਹਾਂ। ਅਤੇ ਥੋੜ੍ਹਾ ਜਿਹਾ ਸਮਝਾ ਦੇਣਾ ਵੀ ਚਾਹੀਦਾ ਵਿੱਚ ਬੰਦੇ ਨੂੰ ਕਿ ਥੋੜ੍ਹਾ ਜਿਹਾ ਪੈਰ ਸੰਭਾਲ ਕੇ ਰੱਖੋ। ਕਿਸੇ ਗਰੀਬ ਨੂੰ ਵੇਖ ਕੇ ਟਿੱਚਰ ਨਹੀਂ ਕਰੀਦੀ, ਕਿਸੇ ਨੂੰ ਵੇਖ ਕੇ ਮਜ਼ਾਕ ਨਹੀਂ ਕਰੀਦਾ, ਕਿਸੇ ਦਾ ਮਜ਼ਾਕ ਨਹੀਂ ਉਡਾਈਦਾ। ਗੁਰਬਤ ਮੇਰੇ ਤਾਂ ਮੇਰੇ ਅੱਲਾ ਦੇ ਹੱਥ ਵਾਸਾ, ਉਹ ਮੇਰੇ ਅੱਲਾ ਨੇ ਦਿੱਤਾ ਜਿਹਨੂੰ ਵੀ ਦਿੱਤਾ, ਇੱਜ਼ਤ ਜ਼ਿਲਤ ਮੇਰੇ ਅੱਲਾ ਦੇ ਹੱਥ ਵਾਸਾ, ਉਹ ਤੇਰੇ ਮੇਰੇ ਹੱਥ ਵਾਸੇ ਨਹੀਂ। ਸ਼ੁਕਰ ਉਹਦੀ ਜ਼ਾਤ ਦਾ, ਅਲਹਮਦੁਲਿਲਾ ਹਰ ਕੋਈ ਰੋਟੀ ਖਾ ਕੇ, ਜਿਹੜੇ ਅਮੀਰ ਆ ਉਹ ਵੀ ਕਣਕ ਦੀ ਰੋਟੀ ਖਾਂਦੇ ਆ, ਅਤੇ ਜਿਹੜੇ ਗਰੀਬ ਆ ਕਣਕ ਉਹ ਵੀ ਕਣਕ ਦੀ ਰੋਟੀ ਖਾਂਦੇ, ਰੋਟੀ ਇੱਕ ਹੀ ਆ। ਅਤੇ ਲੈਂਦੇ ਭੈਣ ਭਰਾ ਕੋਲ ਇਜਾਜ਼ਤ ਮਿਲਾਂਗੇ ਨੈਕਸਟ ਵੀਡੀਓ 'ਚ, ਗਲਤੀ ਗੁਸਤਾਖੀ ਦੀ ਮਾਫੀ, ਹੱਥ ਜੋੜ ਕੇ ਮੰਗਦਾ ਪਿਆ ਭਾਈ ਜੀ, ਗਲਤੀਆਂ ਕਰੋ, ਇਨਸਾਨ ਗਲਤੀ ਦਾ ਪੁੱਤਲਾ।
ਗਲਤੀ ਕਰਕੇ ਵੀ ਇਨਸਾਨ ਮਾਫ਼ੀ ਮੰਗ ਲਵੇ, ਉਹਦੇ ਵਰਗਾ ਵੀ ਇਨਸਾਨ ਕੋਈ ਨਹੀਂ। ਤੇਰਾ ਗਲਤੀ ਕਰਕੇ ਕਹੇ ਮੈਂ ਨਹੀਂ ਗਲਤੀ ਕੀਤੀ, ਮੈਂ ਨਹੀਂ ਗਲਤੀ ਕੀਤੀ, ਉਹਦੇ ਵਰਗਾ ਵੀ ਹਮਾਨ ਕੋਈ ਨਹੀਂ। ਅੱਲਾ ਸੋਹਣੇ ਦੇ ਵਾਲੇ ਰੱਬ ਰੱਖ। ਓਕੇ ਲਾ।